स्टूडेंट्स, हाउ आर यू? आज असी करन जा रहे हाँ लेसन फिफ्थ, द बार्बर्स ट्रेड यूनियन, रिटन बाय मुलक राज अनंत। लेट्स स्टार्ट। मुलक राज अनंत 1905 टू 2004 वाज एन इंडियन राइटर इन इंग्लिश। मुलक राज अनंत जिन्हों का जन्म 1905 ईस्वी में होया, जिन्हों का देहांत 2004 ईस्वी में होया, वह इंग्लिश के भारतीय लेखक सन। वन ऑफ द पायनियर्स ऑफ इंडो इंग्लिश फिक्शन। वह भारतीय ਅਤੇ ਇੰਗਲਿਸ਼ ਕਾਲਪਨਿਕ ਸਾਹਿਤ ਦੇ ਮਾਰਗਦਰਸ਼ਕਾਂ ਵਿੱਚੋਂ ਇੱਕ ਸਨ। ਹੀ ਟੁਗੈਦਰ ਵਿਦ ਆਰ ਕੇ ਨਾਰਾਇਣ, ਅਹਿਮਦ ਅਲੀ ਐਂਡ ਰਾਜਾ ਰਾਓ। ਉਹ ਆਰ ਕੇ ਨਾਰਾਇਣ, ਅਹਿਮਦ ਅਲੀ ਅਤੇ ਰਾਜਾ ਰਾਓ ਦੇ ਨਾਲ ਵਾਜ ਵਨ ਆਫ ਦਾ ਫਸਟ ਇੰਡੀਅਨ ਬੇਸਡ ਰਾਈਟਰਸ ਇਨ ਇੰਗਲਿਸ਼ ਟੂ ਗੇਨ ਐਨ ਇੰਟਰਨੈਸ਼ਨਲ ਰੀਡਰਸ਼ਿਪ। ਉਹ ਇਹਨਾਂ ਪਹਿਲੇ ਇੰਗਲਿਸ਼ ਦੇ ਭਾਰਤੀ ਲੇਖਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਪਾਠਕ ਪ੍ਰਾਪਤ ਕੀਤੇ, ਭਾਵ ਉਹਨਾਂ ਦੀਆਂ ਲਿਖਤਾਂ ਅੰਤਰਰਾਸ਼ਟਰੀ ਪੱਧਰ ਤੇ ਪੜ੍ਹੀਆਂ ਗਈਆਂ। ਹੀ ਵਾਜ ਬੋਰਨ ਇਨ ਪੇਸ਼ਾਵਰ। ਉਹ ਪੇਸ਼ਾਵਰ ਵਿੱਚ ਜਨਮੇ ਸਨ। ਆਨੰਦ ਡਿਸਕ੍ਰਾਈਬਡ ਹਿਮਸੈਲਫ। ਆਨੰਦ ਨੇ ਆਪਣੇ ਆਪ ਦਾ ਵਰਣਨ ਕੀਤਾ ਐਜ਼ ਵਨ ਆਫ ਦਾ ਮੈਨੀ ਗਰੋਪਿੰਗ ਯੰਗ ਮੈਨ ਆਫ ਹਿਸ ਜਨਰੇਸ਼ਨ, ਜਿੱਦਾਂ ਕਿ ਉਹਨਾਂ ਦੀ ਪੀੜ੍ਹੀ ਦੇ ਕਈ ਹੋਰ ਜਗਿਆਸੂ ਨੌਜਵਾਨਾਂ ਨੇ ਆਪਣੇ ਆਪ ਦਾ ਵਰਣਨ ਕੀਤਾ ਸੀ। ਹੂ ਹੈਡ ਬਿਗਨ ਟੂ ਕੁਐਸਚਨ ਐਵਰੀਥਿੰਗ ਇਨ ਦੇਅਰ ਬੈਕਗਰਾਊਂਡ। ਇਹ ਉਹ ਲੋਕ ਸਨ ਜਿਨ੍ਹਾਂ ਨੇ ਆਪਣੇ ਪਿਛੋਕੜ ਦੀ ਹਰ ਚੀਜ਼ ਤੇ ਕੁਐਸਚਨ ਕੀਤਾ। ਟੂ ਲੁੱਕ ਅਵੇ ਫਰੋਮ ਦਾ ਬਿਗ ਹਾਊਸਿਸ, ਕਿ ਵੱਡੇ ਘਰਾਂ ਨੂੰ ਦੇਖਣਾ ਛੱਡ ਕੇ, ਐਂਡ ਟੂ ਫੀਲ ਦਾ ਮਿਜ਼ਰੀ ਆਫ ਦਾ ਇਨਰਟ, ਜਿਨ੍ਹਾਂ ਕੋਲ ਕਰਨ ਲਈ ਕੋਈ ਕੰਮ ਨਹੀਂ ਸੀ ਭਾਵ ਉਹ ਬੇਰੁਜ਼ਗਾਰ ਸਨ। ਡਿਜ਼ੀਜ਼ ਰਿਡਨ, ਜੋ ਲੋਕ ਬਿਮਾਰੀ ਨਾਲ ਗ੍ਰਸਤ ਸਨ। ਅੰਡਰ ਫੈਡ, ਜਿਨ੍ਹਾਂ ਕੋਲ ਖਾਣ ਲਈ ਪ੍ਰਿਆਪਤ ਭੋਜਨ ਨਹੀਂ ਸੀ। ਐਂਡ ਇਲਿਟਰੇਟ ਪੀਪਲ, ਅਤੇ ਅਨਪੜ੍ਹ ਲੋਕ। ਉਹਨਾਂ ਨੇ ਇਹਨਾਂ ਖਿੱਤੇ ਦੇ ਲੋਕਾਂ ਲਈ ਲਿਖਣਾ ਸ਼ੁਰੂ ਕੀਤਾ। ਆਨੰਦ, ਹੂ ਵਾਜ਼ ਡੀਪਲੀ ਇਨਫਲੂਐਂਸ ਬਾਏ ਮਾਰਕਸਿਜ਼ਮ। ਆਨੰਦ, ਜੋ ਕਿ ਬੜੀ ਡੂੰਘੀ ਤਰ੍ਹਾਂ ਮਾਰਕਸੀ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਸੀ, ਉਸ ਤੋਂ ਪ੍ਰਭਾਵਿਤ ਸੀ। ਯੂਜ਼ਡ ਹਿਜ਼ ਨੋਵਲਸ ਟੂ ਮੇਕ ਬਰੋਡ ਅਟੈਕਸ ਔਨ ਵੇਰੀਅਸ ਐਲੀਮੈਂਟਸ ਆਫ ਇੰਡੀਆਸ ਸੋਸ਼ਲ ਸਟਰਕਚਰ, ਅਤੇ ਉਸਨੇ ਆਪਣੇ ਨਾਵਲਾਂ ਦੇ ਰਾਹੀਂ ਇੰਡੀਆ ਦੇ ਇਸ ਸਮਾਜਿਕ ਢਾਂਚੇ ਉੱਤੇ ਬਹੁਤ ਸਾਰੇ ਅਟੈਕ ਕੀਤੇ। ਐਂਡ ਦਾ ਬ੍ਰਿਟਿਸ਼ ਰੂਲ ਇਨ ਇੰਡੀਆ, ਅਤੇ ਉਸਨੇ ਅੰਗਰੇਜ਼ੀ ਸ਼ਾਸਨ ਦੇ ਅਗੇਂਸਟ ਵੀ ਲਿਖਿਆ। ਦ ਮੋਰਨਿੰਗ ਫੇਸ 1968 won him the ਸਾਹਿਤ ਅਕੈਡਮੀ ਅਵਾਰਡ। 1968 ਵਿੱਚ ਰਚਿਤ ਕਿਤਾਬ ਦ ਮੋਰਨਿੰਗ ਫੇਸ ਨੇ ਉਸ ਨੂੰ ਸਾਹਿਤ ਅਕੈਡਮੀ ਅਵਾਰਡ ਦਿਵਾਇਆ। ਦ ਬਾਰਬਰਸ ਟ੍ਰੇਡ ਯੂਨੀਅਨ ਇਜ਼ ਟੇਕਨ ਫਰੋਮ ਦ ਬਾਰਬਰਸ ਟ੍ਰੇਡ ਯੂਨੀਅਨ ਐਂਡ ਅਦਰ ਸਟੋਰੀਜ਼ 1944। ਦ ਬਾਰਬਰਸ ਟ੍ਰੇਡ ਯੂਨੀਅਨ, ਇਹ ਕਹਾਣੀ ਲਈ ਗਈ ਹੈ ਦ ਬਾਰਬਰਸ ਟ੍ਰੇਡ ਯੂਨੀਅਨ ਐਂਡ ਅਦਰ ਸਟੋਰੀਜ਼ ਵਿੱਚੋਂ, ਜੋ ਕਿ 1944 ਵਿੱਚ ਲਿਖੀ ਗਈ। ਚੰਦੂ, ਅ ਬਾਰਬਰ ਬੁਆਏ, ਜਿਹਦੇ ਵਿੱਚ ਚੰਦੂ ਇੱਕ ਨਾਈ ਹੈ, ਭਾਵ ਵਾਲ ਕੱਟਣ ਵਾਲਾ ਹੈ, ਇਸ ਦਾ ਪ੍ਰੋਟੈਗਨਿਸਟ ਆਫ ਦਾ ਸਟੋਰੀ। ਚੰਦੂ ਇੱਕ ਬਾਰਬਰ ਬੁਆਏ ਹੈ, ਜੋ ਕਿ ਇਸ ਕਹਾਣੀ ਦਾ ਨਾਇਕ ਹੈ, ਭਾਵ ਕਹਾਣੀ ਉਹਦੇ ਇਰਦ ਗਿਰਦ ਬੁਣੀ ਗਈ ਹੈ। ਹੀ ਇਜ਼ ਅ ਕਲੋਜ਼ ਫਰੈਂਡ ਆਫ ਦਾ ਨਰੇਟਰ। ਉਹ ਕਹਾਣੀ ਨੂੰ ਬਿਆਨ ਕਰਨ ਵਾਲੇ ਦਾ ਨਜ਼ਦੀਕੀ ਮਿੱਤਰ ਹੈ। ਦ ਲੈਟਰ calls him one of the makers of modern India. ਉਹਨਾਂ ਤੇ ਲੈਟਰ ਲਫ਼ਜ਼ ਆਇਆ ਹੈ। ਲੈਟਰ ਦਾ ਮਤਲਬ ਹੁੰਦਾ ਹੈ ਕਿ ਮੰਨ ਲਓ ਕੋਈ ਗੱਲ ਕੀਤੀ ਜਾ ਰਹੀ ਹੈ, ਉਹਦੇ ਵਿੱਚ ਦੋ ਜਣਿਆਂ ਦਾ ਨਾਮ ਲਿਆ ਜਾ ਰਿਹਾ, ਤਾਂ ਜਿਸ ਬਾਰੇ ਅਸੀਂ ਬਾਅਦ ਵਿੱਚ ਗੱਲ ਕੀਤੀ ਹੈ, ਅਤੇ ਉਸ ਲਈ ਅਸੀਂ ਜੇ ਕੋਈ ਸ਼ਬਦ ਵਰਤਣਾ ਹੈ ਤਾਂ ਉਹਦੇ ਲਈ ਅਸੀਂ ਵਰਤ ਸਕਦੇ ਹਾਂ ਦ ਲੈਟਰ, ਕਿ ਪਹਿਲੇ ਬੰਦੇ ਨੇ ਆ ਕਿਹਾ ਅਤੇ ਲੈਟਰ ਯਾਨੀ ਦੂਸਰੇ ਬੰਦੇ ਨੇ ਇਹ ਗੱਲ ਕਹੀ। ਸੋ ਆਪਾਂ ਮੁੜ ਕੇ ਦੇਖਦੇ ਹਾਂ ਕਿ ਇਸਨੇ ਦੂਜੇ ਨੰਬਰ 'ਤੇ ਕਿਹਦਾ ਨਾਮ ਬੋਲਿਆ ਹੈ। ਪਹਿਲੇ ਨੰਬਰ 'ਤੇ ਸੀ ਚੰਦੂ, ਅਤੇ ਦੂਸਰੇ ਨੰਬਰ 'ਤੇ ਚੰਦੂ ਦਾ ਕਲੋਜ਼ ਫਰੈਂਡ ਨਰੇਟਰ। ਓਕੇ, ਸੋ ਇੱਥੇ ਲੈਟਰ ਦਾ ਮਤਲਬ ਕੀ ਹੈ? ਨਰੇਟਰ ਯਾਨੀ ਕਹਾਣੀ ਨੂੰ ਬਿਆਨ ਕਰਨ ਵਾਲਾ। ਸੋ ਆਓ ਆਪਾਂ ਦੁਬਾਰਾ ਪੜ੍ਹਦੇ ਹਾਂ। ਦ ਲੈਟਰ ਕਾਲਜ਼ ਹਿਮ ਵਨ ਆਫ ਦਾ ਮੇਕਰਸ ਆਫ ਮਾਡਰਨ ਇੰਡੀਆ, ਕਿ ਕਹਾਣੀ ਦਾ ਨਰੇਟਰ ਉਸ ਦੀ ਗਿਣਤੀ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਵਿੱਚ ਗਿਣਦਾ ਹੈ। ਚੰਦੂ ਬੀਇੰਗ ਸੀਨੀਅਰ ਬਾਏ ਅਬਾਊਟ 6 ਮੰਥਸ ਟੂ ਦ ਨਰੇਟਰ। ਚੰਦੂ ਕਹਾਣੀ ਬਿਆਨ ਕਰਨ ਵਾਲੇ ਤੋਂ 6 ਮਹੀਨੇ ਵੱਡਾ ਹੋਣ ਕਰਕੇ ਟੇਕਸ ਲੀਡ ਇਨ ਆਲ ਮੈਟਰਸ, ਤਾਂ ਉਹ ਸਾਰੇ ਮਾਮਲਿਆਂ ਵਿੱਚ ਲੀਡ ਲੈਂਦਾ ਹੈ, ਭਾਵ ਅੱਗੇ ਹੋ ਜਾਂਦਾ ਹੈ। ਇਜ਼ ਵੈਰੀ ਫੌਂਡ ਆਫ ਹਿਜ਼ ਬੁਆਇਸ਼ ਪ੍ਰੈਂਕਸ, ਉਹ ਲੜਕਪਨ ਦੀਆਂ ਸ਼ਰਾਰਤਾਂ ਦੇ ਵਿੱਚ ਬਹੁਤ ਰੁਚੀ ਰੱਖਦਾ ਹੈ। ਹੀ ਲਾਈਕਸ ਕੈਚਿੰਗ ਵਾਸਪਸ, ਉਸਨੂੰ ਸ਼ਹਿਦ ਦੀਆਂ ਮੱਖੀਆਂ ਫੜਨੀਆਂ ਪਸੰਦ ਹਨ। ਸਕਵੀਜ਼ਿੰਗ ਦ ਪੋਇਜ਼ਨ ਆਊਟ ਆਫ ਦੇਅਰ ਟੇਲਸ, ਅਤੇ ਉਹਨਾਂ ਦੀਆਂ ਪੂਛਾਂ ਦੇ ਵਿੱਚੋਂ ਜ਼ਹਿਰ ਨੂੰ ਨਿਚੋੜ ਕੇ ਕੱਢਣਾ ਉਸਨੂੰ ਪਸੰਦ ਹੈ। ਐਂਡ ਮੇਕਿੰਗ ਦੈਮ ਫਲਾਈ ਬਾਏ ਟਾਈਂਗ ਦੇਅਰ ਲੈਗਸ ਵਿਦ ਅ ਥਰੈਡ, ਅਤੇ ਉਹਨਾਂ ਦੀਆਂ ਲੱਤਾਂ 'ਤੇ ਧਾਗਾ ਬੰਨ੍ਹ ਕੇ ਉਹਨਾਂ ਨੂੰ ਉਡਾਉਣਾ
ਉਸਨੂੰ ਪਸੰਦ ਹੈ। ਹੀ ਇਜ਼ ਕੁਆਇਟ ਐਕਸਪਰਟ ਇਨ ਮੇਕਿੰਗ ਕਾਈਟਸ ਆਫ ਵੇਰੀਅਸ ਡਿਜ਼ਾਈਨਸ। ਉਹ ਕਾਫੀ ਮਾਹਿਰ ਹੈ ਅਲੱਗ ਅਲੱਗ ਡਿਜ਼ਾਈਨਾਂ ਦੇ ਪਤੰਗ ਬਣਾਉਣ ਵਿੱਚ। ਅਲਾਸ ਇਨ ਸਪਾਈਟ ਆਫ ਦੀਜ਼ ਟੈਲੈਂਟਸ, ਪਰ ਖੇਦ ਹੈ ਕਿ ਇਹਨਾਂ ਸਾਰੇ ਹੁਨਰਾਂ ਦੇ ਬਾਵਜੂਦ ਵੀ ਹੀ ਇਜ਼ ਟਫਰ ਇਨ ਲਰਨਿੰਗ। ਉਹ ਸਿੱਖਣ ਵਿੱਚ ਡਫਰ ਹੈ, ਭਾਵ ਨਲਾਇਕ ਹੈ। ਚੰਦੂ ਵਾਜ਼ ਅ ਬਾਬਰ ਬਾਏ ਕਾਸਟ। ਚੰਦੂ ਇੱਕ ਜ਼ਾਤ ਦਾ ਨਾਈ ਹੈ। ਹੀ ਅਡੋਪਟਡ ਦਾ ਪ੍ਰੋਫੈਸ਼ਨ ਆਫ ਹਿਜ਼ ਫਾਦਰ। ਉਸਨੇ ਆਪਣੇ ਪਿਤਾ ਜੀ ਦਾ ਕਿੱਤਾ ਅਡੋਪਟ ਕਰ ਲਿਆ, ਭਾਵ ਧਾਰਨ ਕਰ ਲਿਆ। ਜੋ ਉਸਦੇ ਪਿਤਾ ਜੀ ਕਰਦੇ ਸੀ ਉਹੀ ਉਸਨੇ ਕਰਨਾ ਸ਼ੁਰੂ ਕਰ ਦਿੱਤਾ। ਐਜ਼ ਹੀ ਵਾਜ਼ ਕੰਸੀਡਰਡ ਅ ਮੈਂਬਰ ਆਫ ਅ ਲੋ ਕਾਸਟ, ਕਿ ਜਿੱਦਾਂ ਉਸਨੂੰ ਨੀਵੀਂ ਜਾਤੀ ਦਾ ਇੱਕ ਮੈਂਬਰ ਸਮਝਿਆ ਜਾਂਦਾ ਸੀ। ਦ ਅਦਰ ਸੋ ਕਾਲਡ ਪੀਪਲ ਆਫ ਹਾਈ ਕਾਸਟ ਯੂਜ਼ਡ ਟੂ ਇਨਸਲਟ ਹਿਮ ਐਂਡ ਸਵੇਅਰ ਐਟ ਹਿਮ। ਤੇ ਕਹਿੰਦੇ ਕਹਾਂਦੇ ਉੱਚੀ ਜ਼ਾਤ ਦੇ ਲੋਕ ਅਕਸਰ ਉਸ ਦੀ ਬੇਇੱਜ਼ਤੀ ਕਰਿਆ ਕਰਦੇ ਸਨ। ਇਨ ਦ ਐਂਡ ਹੀ ਡਿਸਾਈਡਡ ਟੂ ਗੋ ਔਨ ਸਟ੍ਰਾਈਕ ਐਂਡ ਸਟੋਪ ਵਿਜ਼ਿਟਿੰਗ ਪੀਪਲਸ ਹੋਮਸ। ਅਖੀਰ ਵਿੱਚ ਉਸਨੇ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਵਾਲ ਕੱਟਣ ਦਾ ਕੰਮ ਬੰਦ ਕਰ ਦਿੱਤਾ। He opened his own shop. Usne apni khud di dukaan kholi and the villagers had to go there to get themselves shaved. Ate hun pind walian nu ohdi dukaan te jana penda si apni shave karan layi. Let's read the story. Among the makers of modern India, aadhunik bharat te nirmataavan vichon chandu the barber boy of our village. ਚੰਦੂ ਜੋ ਕਿ ਸਾਡੇ ਪਿੰਡ ਦਾ ਨਾਂ ਹੀ ਸੀ, ਹੈਜ਼ ਅ ਪਲੇਸ ਵਿਚ ਵਿਲ ਬੀ ਡਿਨਾਈਡ ਹਿਮ ਅਨਲੈਸ ਆਈ ਪ੍ਰੈਸ ਫੋਰ ਦਾ ਰੈਕਗਨੀਸ਼ਨ ਆਫ ਹਿਸ ਕੰਟਰੀਬਿਊਸ਼ਨ ਟੂ ਹਿਸਟਰੀ। ਉਸ ਦੀ ਭਾਰਤ ਦੇ ਇਤਿਹਾਸ ਨੂੰ ਜੋ ਦੇਣ ਹੈ, ਉਸ ਹਿਸਾਬ ਨਾਲ ਉਸਦੀ ਆਪਣੀ ਇੱਕ ਜਗ੍ਹਾ ਸੀ ਜਿਹੜੀ ਕਿ ਲੋਕਾਂ ਨੇ ਡਿਨਾਈ ਕਰ ਦੇਣੀ ਸੀ, ਭਾਵ ਲੋਕਾਂ ਨੇ ਉਸਨੂੰ ਭੁੱਲ ਜਾਣਾ ਸੀ ਜੇ ਮੈਂ ਇਹ ਸਟੋਰੀ ਲਿਖ ਕੇ ਉਸ ਦੀ ਰੈਕਗਨੀਸ਼ਨ ਲਈ ਜ਼ੋਰ ਨਾ ਪਾਉਂਦਾ। ਚੰਦੂ ਸਪੈਕੂਲਰ ਕਲੇਮ ਟੂ ਰੈਕਗਨੀਸ਼ਨ। ਚੰਦੂ ਦਾ ਜਿਹੜਾ ਅਜੀਬ ਜਿਹਾ ਕਲੇਮ ਹੈ, ਦਾਅਵਾ ਹੈ ਉਸਦੀ ਪਹਿਚਾਣ ਦਾ, ਜਿੱਦਾਂ ਕਿ ਮੈਨੂੰ ਲੱਗਿਆ ਕਿ ਚੰਦੂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਇਹ ਜੋ ਦਾਅਵਾ ਹੈ ਰੈਸਟਡ, ਇਹ ਇਸ ਗੱਲ ਵਿੱਚ ਸਮਾਇਆ ਹੋਇਆ ਹੈ ਟੂ ਟੈਲ ਦਾ ਤਰੁੱਥ, ਕਿ ਜੇ ਮੈਂ ਉਹ ਗੱਲ ਤੁਹਾਨੂੰ ਸੱਚ ਦੱਸਾਂ। ਐਨ ਐਕਸਪਲੋਇਟ, ਐਕਸਪਲੋਇਟ ਹੁੰਦਾ ਪਰਾਕ੍ਰਮ, ਕਾਰਨਾਮਾ, ਕੋਈ ਵਧੀਆ ਗੱਲ। ਉਸਦੇ ਇਸ ਪਰਾਕ੍ਰਮ ਦੇ ਵਿੱਚ, ਇਸ ਕਾਰਨਾਮੇ ਦੇ ਵਿੱਚ ਹੈ ਆਫ ਵਿੱਚ ਹੀ ਡਿਡ ਨੋਟ ਨੋ ਦਾ ਫੁੱਲ ਸਿਗਨੀਫਿਕੈਂਸ, ਜਿਹੜੇ ਕਾਰਨਾਮੇ ਦੀ ਉਹ ਆਪ ਵੀ ਪੂਰੀ ਤਰ੍ਹਾਂ ਮਹੱਤਤਾ ਨੂੰ ਨਹੀਂ ਜਾਣ ਸਕਿਆ। ਬਟ ਦੈਨ, ਪਰ ਫਿਰ, ਅਨਲਾਈਕ ਮੋਸਟ ਗ੍ਰੇਟ ਮੈਨ ਆਫ ਇੰਡੀਆ ਟੂਡੇ, ਆਧੁਨਿਕ ਭਾਰਤ ਦੇ ਬਹੁਤ ਮਹਾਨ ਵਿਅਕਤੀਆਂ ਤੋਂ ਵੱਖਰੇ, ਹੀ ਹੈਡ ਨੋ ਵੈਰੀ ਐਗਜੈਗਰੇਟਡ ਨੋਸ਼ਨ ਆਫ ਹਿਸ ਓਨ ਇੰਪੋਰਟੈਂਸ। ਉਹਦੇ ਮਨ ਵਿੱਚ ਆਪਣੇ ਪ੍ਰਤੀ ਕੋਈ ਜ਼ਿਆਦਾ ਵੱਡਾ ਭਾਵ ਨਹੀਂ ਸੀ ਕਿ ਮੈਂ ਕੋਈ ਵੱਡਾ ਕੰਮ ਕੀਤਾ, ਬਹੁਤ ਵਧੀਆ ਬੰਦਾ ਹਾਂ, ਮੈਂ ਬਹੁਤ ਮਹਾਨ ਹਾਂ, ਇਹੋ ਜਿਹਾ ਉਸਦੇ ਦਿਮਾਗ ਵਿੱਚ ਕੁਛ ਵੀ ਨਹੀਂ ਸੀ। ਦੋ ਹੀ ਸ਼ੇਅਰਡ ਵਿਦ ਦੈਮ ਅ ਸਰਟਨ ਨੇਟਿਵ ਈਗੋਟਿਜ਼ਮ, ਪਰ ਫਿਰ ਵੀ ਉਹ ਆਪਣੇ ਨਾਲ ਵਸਦੇ ਭਾਰਤ ਵਾਸੀਆਂ ਦੇ ਨਾਲ ਕਈ ਵਾਰ ਆਪਣਾ ਘਮੰਡ ਵੀ ਸ਼ੋ ਕਰਦਾ ਸੀ, ਭਾਵ ਉਹ ਕਈ ਵਾਰ ਘਮੰਡੀ ਦਿਖਦਾ ਸੀ ਆਪਣੀ ਬੋਲਬਾਣੀ ਵਿੱਚ, ਵਿਚ ਵਾਜ਼ ਸਮਟਾਈਮਸ ਡਿਸਕਨਸਰਟਿੰਗ। ਅਤੇ ਉਸਦਾ ਇਹ ਬਿਹੇਵੀਅਰ ਕਈ ਵਾਰ ਵਧੀਆ ਨਹੀਂ ਲੱਗਦਾ ਸੀ, ਇੰਨਾ ਕਿਸੇ ਨੂੰ ਪ੍ਰਸੰਨ ਕਰਨ ਵਾਲਾ ਨਹੀਂ ਹੁੰਦਾ ਸੀ, ਐਂਡ ਸਮਟਾਈਮਸ ਰੈਦਰ ਚਾਰਮਿੰਗ। ਅਤੇ ਕਦੀ ਕਦਾਈ ਇਹ ਬਿਹੇਵੀਅਰ ਉਸਦਾ ਬੜਾ ਪਿਆਰਾ ਵੀ ਲੱਗਦਾ ਹੁੰਦਾ ਸੀ। ਆਈ ਨਿਊ ਚੰਦੂ, ਮੈਂ ਚੰਦੂ ਨੂੰ ਜਾਣਦਾ ਹਾਂ, ਐਵਰ ਸਿੰਸ ਦਾ ਡੇਜ਼, ਉਹਨਾਂ ਦਿਨਾਂ ਤੋਂ, ਵੈਨ ਹੀ ਵੋਰ ਅ ਪੀਸ ਆਫ ਰੈਗ, ਜਦੋਂ ਉਹ ਇੱਕ ਫਟਿਆ ਪੁਰਾਣਾ ਕੱਪੜਾ ਹੀ ਪਹਿਨਦਾ ਸੀ, ਇਨ ਦਾ ਮਿਡਲ ਆਫ ਹਿਜ਼ ਨੇਕਡ ਡਿਸਟੈਂਡਰਡ ਬੈਲਿਡ ਬੋਡੀ, ਅਤੇ ਉਹ ਵੀ ਆਪਣੇ ਨੰਗ ਤੜੰਗੇ ਸਰੀਰ, ਜਿਸ ਦੀ ਕਿ ਜ਼ਿਆਦਾ ਕੇਅਰ ਨਹੀਂ ਕੀਤੀ ਗਈ ਸੀ, ਯਾਨੀ ਉਹ ਡਿਸਟੈਂਡਰਡ ਸੀ, ਬੈਲਿਡ, ਅਤੇ ਪੇਟ ਬਾਹਰ ਨੂੰ ਨਿਕਲਿਆ ਹੋਇਆ ਸੀ। ਇਹੋ ਜਿਹੀ ਬੋਡੀ ਜਿਸ ਦੀ ਜ਼ਿਆਦਾ ਕੇਅਰ ਨਹੀਂ ਕੀਤੀ ਗਈ, ਜਿਸ ਦਾ ਕਿ ਪੇਟ ਬਾਹਰ ਨੂੰ ਨਿਕਲਿਆ ਹੋਇਆ ਸੀ, ਜਦੋਂ ਉਹ ਇਸ ਸ਼ੇਪ ਦਾ ਹੁੰਦਾ ਸੀ, ਅਤੇ ਉਸ ਵੇਲੇ ਉਹ ਆਪਣਾ ਤਨ ਢਕਣ ਲਈ ਸਿਰਫ ਇੱਕ ਫਟਿਆ ਪੁਰਾਣਾ ਕੱਪੜਾ ਹੀ ਆਪਣੇ ਪੇਟ ਦੇ ਦੁਆਲੇ ਪਾਉਂਦਾ ਸੀ। ਐਂਡ ਵੈਨ ਵੀ ਵੈਲੋਡ ਟੂਗੈਦਰ, ਜਦੋਂ ਅਸੀਂ ਲਿਪਟਦੇ ਫਿਰਦੇ ਸੀ, ਇਨ ਦਾ ਮਾਇਰ ਆਫ ਦਾ ਵਿਲੇਜ ਲੇਨਸ, ਪਿੰਡ ਦੀਆਂ ਗਲੀਆਂ ਦੇ ਚਿੱਕੜ ਦੇ ਵਿੱਚ, ਪਲੇਇੰਗ ਐਟ ਸੋਲਜਰ
ड्रिंक ਅਤੇ ਕਈ ਵਾਰ ਅਸੀਂ ਸੈਨਿਕ ਸੈਨਿਕ ਖੇਡਦੇ ਸੀ ਫੌਜੀ ਫੌਜੀ ਖੇਡਦੇ ਸੀ ਸ਼ੌਪਕੀਪਿੰਗ ਤੇ ਕਈ ਵਾਰ ਦੁਕਾਨਦਾਰ ਬਣ ਜਾਂਦੇ ਸੀ ਔਰ ਕਲਰਕਿੰਗ ਤੇ ਕਈ ਵਾਰ ਕਲਰਕ ਬਣ ਜਾਂਦੇ ਸੀ ਐਂਡ ਅਦਰ ਲਿਟਲ ਗੇਮਸ ਵਿਚ ਵੀ ਇਨਵੈਂਟਡ ਅਤੇ ਹੋਰ ਇਹੋ ਜਿਹੀਆਂ ਕਈ ਗੇਮਸ ਜਿਹੜੀਆਂ ਅਸੀਂ ਖੁਦ ਹੀ ਇਨਵੈਂਟ ਕੀਤੀਆਂ ਸੀ ਖੁਦ ਹੀ ਬਣਾਈਆਂ ਸਨ ਫੋਰ ਦਾ ਡਿਲੈਕਟੇਸ਼ਨ ਆਫ ਆਰ ਟੂ ਸੈਲਸ ਆਪਣੇ ਦੋਨਾਂ ਦੇ ਇੰਜੋਇਮੈਂਟ ਲਈ ਜਿਹੜੀਆਂ ਅਸੀਂ ਗੇਮਸ ਬਣਾਈਆਂ ਸਨ ਐਂਡ ਆਫ ਆਰ ਮਦਰਸ ਅਤੇ ਆਪਣੀ ਮਦਰਸ ਦੀ ਇੰਜੋਇਮੈਂਟ ਲਈ ਜੋ ਅਸੀਂ ਗੇਮਸ ਬਣਾਈਆਂ ਸਨ ਹੂ ਅਲੋਨ ਆਫ ਆਲ ਦਾ ਐਲਡਰਸ ਕੌਂਡੀਸੈਂਡੈਂਟ ਟੂ ਨੋਟਿਸ ਅਸ ਅਤੇ ਸਾਡੀਆਂ ਮਾਵਾਂ ਇਕੱਲੀਆਂ ਹੀ ਸਨ ਜੋ ਆਪਣੇ ਉਮਰ ਆਪਣੇ ਰੁਤਬੇ ਤੋਂ ਥੱਲੇ ਆ ਕੇ ਭਾਵ ਬਾਕੀ ਦਾ ਸਾਰੇ ਆਪਣੇ ਆਪ ਨੂੰ ਵੱਡਾ ਸਮਝਦੇ ਸੀ ਅਤੇ ਕੋਈ ਵੀ ਸਾਡੇ ਨਾਲ ਖੇਡਣ ਨੂੰ ਤਿਆਰ ਨਹੀਂ ਸੀ ਸਾਡੇ ਹਾਣ ਦੇ ਵਿੱਚ ਰਚ ਮਿਚ ਨਹੀਂ ਜਾਂਦਾ ਸੀ ਸਾਡੀਆਂ ਮਾਵਾਂ ਹੀ ਸੀ ਜੋ ਕਿ ਆਪਣੀ ਏਜ ਤੋਂ ਥੱਲੇ ਆ ਕੇ ਭਾਵ ਸਾਡੀ ਏਜ ਵਿੱਚ ਰਚ ਮਿਚ ਕੇ ਸਾਡੇ ਨਾਲ ਖੇਡਦੀਆਂ ਸਨ ਅਤੇ ਸਾਡੇ ਵੱਲ ਧਿਆਨ ਦਿੰਦੀਆਂ ਸਨ ਚੰਦੂ ਵਾਜ਼ ਮਾਈ ਸੀਨੀਅਰ ਬਾਏ ਅਬਾਊਟ 6 ਮੰਥਸ ਚੰਦੂ ਮੇਰੇ ਤੋਂ 6 ਮਹੀਨੇ ਵੱਡਾ ਸੀ ਐਂਡ ਹੀ ਆਲਵੇਜ਼ ਟੁੱਕ ਦਾ ਲੀਡ ਇਨ ਆਲ ਮੈਟਰਸ ਅਤੇ ਉਹ ਹਰ ਕੰਮ ਦੇ ਵਿੱਚ ਅਗਵਾਈ ਲੈਂਦਾ ਸੀ ਭਾਵ ਉਹ ਹਰ ਕੰਮ ਵਿੱਚ ਅੱਗੇ ਹੁੰਦਾ ਸੀ ਮੇਰੇ ਨਾਲੋਂ ਐਂਡ ਆਈ ਵਿਲਿੰਗਲੀ ਫੋਲੋਡ ਅਤੇ ਮੈਂ ਵੀ ਆਪਣੀ ਮਰਜ਼ੀ ਦੇ ਨਾਲ ਉਸਨੂੰ ਫੋਲੋ ਕਰਦਾ ਸੀ ਭਾਵ ਉਸ ਦੇ ਪਿੱਛੇ ਲੱਗਦਾ ਸੀ ਬਿਕੋਜ਼ ਟਰੂਲੀ ਹੀ ਵਾਜ਼ ਅ ਜੀਨੀਅਸ ਐਟ ਕੈਚਿੰਗ ਵਾਸਪਸ ਕਿਉਂਕਿ ਉਹ ਸੱਚਮੁੱਚ ਹੀ ਬੜਾ ਜੀਨੀਅਸ ਸੀ ਕਿਸ ਚੀਜ਼ 'ਚ ਜੀਨੀਅਸ ਸੀ ਐਟ ਕੈਚਿੰਗ ਵਾਸਪਸ ਕਿ ਉਹ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਜਿਹਨੂੰ ਤਤਈਏ ਵੀ ਕਹਿੰਦੇ ਆ ਉਹਨਾਂ ਨੂੰ ਫੜਨ ਦੇ ਵਿੱਚ ਐਂਡ ਐਟ ਪ੍ਰੈਸਿੰਗ ਦਾ ਪੋਇਜ਼ਨ ਆਊਟ ਆਫ ਦੇਅਰ ਟੇਲਸ ਅਤੇ ਉਹਨਾਂ ਦੀਆਂ ਟੇਲਸ ਦੇ ਵਿੱਚੋਂ ਭਾਵ ਉਹਨਾਂ ਦੀਆਂ ਪੂਛਾਂ ਨੂੰ ਪ੍ਰੈਸ ਕਰਕੇ ਉਹਦੇ ਵਿੱਚੋਂ ਜ਼ਹਿਰ ਕੱਢਣ ਵਿੱਚ ਉਹ ਐਕਸਪਰਟ ਹੁੰਦਾ ਸੀ ਐਟ ਟਾਈਂਗ ਦੇਅਰ ਟਾਈਨੀ ਲੈਗਸ ਅਤੇ ਉਹ ਇਸ ਚੀਜ਼ 'ਚ ਵੀ ਜੀਨੀਅਸ ਸੀ ਕਿ ਉਹਨਾਂ ਦੀਆਂ ਛੋਟੀਆਂ ਛੋਟੀਆਂ ਲੱਤਾਂ ਨੂੰ ਉਹ ਬੰਨ ਦਿੰਦਾ ਸੀ ਕਿਹਦੇ ਨਾਲ ਟੂ ਕੋਟਨ ਥਰੈਡ ਸੂਤ ਦੇ ਧਾਗੇ ਨਾਲ ਐਂਡ ਫਲਾਇੰਗ ਦੈਮ ਅਤੇ ਉਹਨਾਂ ਨੂੰ ਉਡਾਨ ਵਿੱਚ ਵੀ ਉਹ ਬੜਾ ਜੀਨੀਅਸ ਸੀ ਵਾਇਲ ਅਤੇ ਜਦ ਕਿ ਆਈ ਆਲਵੇਜ਼ ਗੋਟ ਸਟੰਕ ਔਨ ਦਾ ਚੀਕਸ ਅਤੇ ਜਦ ਕਿ ਮੈਨੂੰ ਹਮੇਸ਼ਾ ਮੇਰੇ ਗੱਲਾਂ ਦੇ ਉੱਤੇ ਡੰਕ ਪੈਂਦਾ ਸੀ ਇਫ ਆਈ ਡੇਅਰਡ ਜੇ ਮੈਂ ਹਿੰਮਤ ਕਰਦਾ ਟੂ ਗੋ ਐਨੀਵੇਅਰ ਨੀਅਰ ਦਾ ਪਲੈਟਫਾਰਮ ਆਫ ਦਾ ਵਿਲੇਜ ਵੈਲ ਕਿ ਜੇ ਮੈਂ ਪਿੰਡ ਦੇ ਖੂਹ ਦੇ ਚਬੂਤਰੇ ਦੇ ਨੇੜੇ ਤੇੜੇ ਆਉਣ ਦੀ ਹਿੰਮਤ ਵੀ ਕਰਦਾ ਵੇਅਰ ਦੀਜ਼ ਇਨਸੈਕਟਸ ਜਿੱਥੇ ਇਹ ਕੀਟ ਪਤੰਗੇ ਸੈਟਲਡ ਬੈਠੇ ਹੁੰਦੇ ਸਨ ਔਨ ਦਾ ਪਡਲਸ ਪਡਲ ਹੁੰਦਾ ਛੋਟਾ ਜਿਹਾ ਤਲਾਬ ਔਨ ਦਾ ਪਡਲਸ ਟੂ ਡਰਿੰਕ ਵਾਟਰ ਕਿ ਜਿੱਥੇ ਉਹ ਛੋਟੇ ਜਿਹੇ ਤਲਾਬ 'ਤੇ ਸੈਟਲ ਹੋਏ ਹੁੰਦੇ ਪਾਣੀ ਪੀਣ ਲਈ ਅਤੇ ਜੇ ਮੈਂ ਗਲਤੀ ਨਾਲ ਵੀ ਹਿੰਮਤ ਕਰ ਲੈਂਦਾ ਉੱਥੇ ਕੋਲ ਜਾਣ ਦੀ ਤਾਂ ਮੈਨੂੰ ਹਮੇਸ਼ਾ ਉਹਨਾਂ ਕੋਲੋਂ ਡੰਕ ਪੈਂਦਾ ਸੀ ਮੇਰੀਆਂ ਗੱਲਾਂ 'ਤੇ ਵੈਨ ਵੀ ਗਰਿਊ ਅਪ ਜਦੋਂ ਅਸੀਂ ਵੱਡੇ ਹੋਏ ਹੀ ਸਟਿਲ ਸੀਮਡ ਟੂ ਮੀ ਉਹ ਮੈਨੂੰ ਫਿਰ ਵੀ ਅਜਿਹਾ ਹੀ ਲੱਗਦਾ ਰਿਹਾ ਦਾ ਐਮਬੋਡੀਮੈਂਟ ਆਫ ਪਰਫੈਕਸ਼ਨ ਕਿ ਜਿਸ ਤਰ੍ਹਾਂ ਉਹ ਇੱਕ ਪਰਫੈਕਸ਼ਨ ਦਾ ਅਵਤਾਰ ਹੋਵੇ ਪਰਫੈਕਸ਼ਨ ਦਾ ਮਸੀਹਾ ਹੋਵੇ ਭਾਵ ਹਰ ਕੰਮ ਨੂੰ ਸੰਪੂਰਨਤਾ ਦੇ ਨਾਲ ਕਰਨ ਦਾ ਉਹ ਕੋਈ ਜਾਦੂਗਰ ਹੋਵੇ ਬਿਕੋਜ਼ ਹੀ ਕੁਡ ਮੇਕ ਐਂਡ ਫਲਾਈ ਪੇਪਰ ਕਾਈਟਸ ਆਫ ਸੱਚ ਇੰਟ੍ਰੀਕੇਟ ਡਿਜ਼ਾਈਨ ਕਿ ਉਹ ਬਹੁਤ ਹੀ ਅਜੀਬੋ ਗਰੀਬ ਡਿਜ਼ਾਈਨ ਦੇ ਕਾਗਜ਼ ਦੇ ਪਤੰਗਾਂ ਨੂੰ ਬਣਾ ਵੀ ਸਕਦਾ ਸੀ ਅਤੇ ਉਹਨਾਂ ਨੂੰ ਉਡਾ ਵੀ ਸਕਦਾ ਸੀ ਐਂਡ ਆਫ ਸੱਚ ਬੈਲੈਂਸ ਅਤੇ ਇਸ ਸੰਤੁਲਨ ਨਾਲ ਉਸਨੂੰ ਬਣਾਉਂਦਾ ਸੀ ਅਤੇ ਉਡਾਉਂਦਾ ਸੀ ਐਜ਼ ਆਈ ਕੁਡ ਨੈਵਰ ਅਚੀਵ ਕਿ ਮੈਂ ਉਹ ਵਾਲਾ ਬੈਲੈਂਸ ਕਦੀ ਵੀ ਅਚੀਵ ਨਹੀਂ ਕਰ ਪਾਇਆ ਭਾਵ ਪਤੰਗ ਮੈਂ ਵੀ ਬਣਾਉਂਦਾ ਸੀ ਪਰ ਮੇਰੇ ਵਿੱਚ ਉਹ ਬੈਲੈਂਸ ਕਦੀ ਨਹੀਂ ਆਇਆ ਕਿ ਮੈਂ ਉਹਨੂੰ ਅੱਛੀ ਤਰ੍ਹਾਂ ਬਣਾ ਸਕਾਂ ਅਤੇ ਉਸਨੂੰ ਬੈਲੈਂਸ ਦੇ ਨਾਲ ਉਡਾ ਸਕਾਂ ਟੂ ਬੀ ਸ਼ਿਓਰ ਹੀ ਵਾਜ਼ ਨੋਟ ਸੋ ਗੁੱਡ ਐਟ ਡੂਇੰਗ ਸਮਸ ਐਟ ਸਕੂਲ ਐਜ਼ ਆਈ ਵਾਜ਼ ਪਰ ਇਸ ਗੱਲ ਦਾ ਤਾਂ ਮੈਨੂੰ ਪੱਕਾ ਯਕੀਨ ਸੀ ਕਿ ਉਹ ਸਕੂਲ ਦੇ ਮੈਥ ਦੇ ਸਮ ਕਰਨ ਵਿੱਚ ਓਨਾ ਅੱਛਾ ਨਹੀਂ ਸੀ ਜਿੰਨਾ ਕਿ ਮੈਂ ਸੀ ਪਰਹੈਪਸ ਬਿਕੋਜ਼ ਹਿਸ ਫਾਦਰ ਅਪ੍ਰੈਂਟਾਈਜ਼ਡ ਹਿਮ ਅਰਲੀ ਟੂ ਦਾ ਹੈਰੀਡਿਟਰੀ ਪ੍ਰੋਫੈਸ਼ਨ ਆਫ ਦਾ ਬਾਰਬਰਸ ਕਾਸਟ ਉਹ ਸ਼ਾਇਦ ਇਸ ਕਰਕੇ ਵੀ ਸੀ ਕਿ ਉਸਦੇ ਪਿਤਾ ਜੀ ਨੇ ਉਸ ਨੂੰ ਬਹੁਤ ਜਲਦੀ ਆਪਣੇ ਪਿਤਾ ਪੁਰਖੀ ਕੰਮ ਜੋ ਕਿ ਨਾਈ ਜਾਤ ਦਾ ਹੁੰਦਾ ਹੈ ਉਹ ਕੰਮ ਸਿੱਖਣ ਲਈ ਬਹੁਤ ਜਲਦੀ ਲਗਾ ਦਿੱਤਾ ਸੀ ਅਪ੍ਰੈਂਟਿਸ ਪੀਰੀਅਡ ਹੁੰਦਾ ਜਦੋਂ ਅਸੀਂ ਕਿਸੇ ਸਕਿੱਲਡ ਵਰਕਰ ਦੇ ਕੋਲ ਮੰਨ ਲਓ ਕਿਸੇ ਮਕੈਨਿਕ ਦੇ ਕੋਲ ਲੱਗਦੇ ਹਾਂ ਉਹਦਾ ਕੰਮ ਸਿੱਖਣ ਲਈ ਅਤੇ ਨਾਲ ਨਾਲ ਅਸੀਂ ਉਹਦਾ ਹੱਥ ਵਟਾਉਂਦੇ ਹਾਂ ਅਤੇ ਨਾਲ ਨਾਲ ਉਹ ਸਾਨੂੰ ਕੰਮ ਸਿਖਾਉਂਦਾ ਹੈ ਇਹਨੂੰ ਕਹਿੰਦੇ ਨੇ ਅਪ੍ਰੈਂਟਿਸਸ਼ਿਪ ਪੀਰੀਅਡ ਸੋ ਉਹੀ ਕੰਮ ਸਿੱਖਣ ਦੇ ਲਈ ਉਸਦੇ ਪਿਤਾ ਨੇ ਉਸਨੂੰ ਜਲਦੀ ਹੀ ਆਪਣੇ ਨਾਲ ਲਾ ਲਿਆ ਸੀ ਐਂਡ ਸੈਂਟ ਹਿਮ ਆਊਟ ਹੇਅਰ ਕਟਿੰਗ ਇਨ ਦਾ ਵਿਲੇਜ ਅਤੇ ਉਸਨੂੰ ਪਿੰਡ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਹੇਅਰ ਕਟਿੰਗ ਲਈ ਉਹ ਭੇਜਦੇ ਸਨ ਐਂਡ ਹੀ ਹੈਡ ਨੋ ਟਾਈਮ ਫੋਰ ਦਾ ਹੋਮ ਟਾਸਕ ਵਿਚ ਆਰ ਮਾਸਟਰ ਗੇਵ ਅਸ ਅਤੇ ਉਸ ਕੋਲ ਸਾਡੇ ਸਕੂਲ ਦੇ ਮਾਸਟਰ ਜੀ ਦੁਆਰਾ ਦਿੱਤੇ ਗਏ ਘਰ ਦਾ ਕੰਮ ਕਰਨ ਲਈ ਕੋਈ ਸਮਾਂ ਨਹੀਂ ਹੁੰਦਾ ਸੀ ਬਟ ਹੀ ਵਾਜ਼ ਬੈਟਰ ਦੈਨ ਆਈ ਐਟ ਰਿਸਾਈਟਿੰਗ ਪੋਇਟਰੀ ਐਨੀ ਡੇ
पर ओह किसी दिन भी कविश्री नू उच्चारण दे विच बोलन दे विच मेरे नालों किते वधिया हुंदा सी फॉर नॉट ओनली डिड ही रिमैंबर बाय रोट द वर्सिज इन द टैक्सट बुक वह सिर्फ एक कवितावां रट्टा मारन लई नहीं याद करता सी बट ही कुड रिपीट द एंडलैस पेजिज ऑफ प्रोज इन दैट बुक सो दैट दे सीम्ड लाइक पोएट्री पर ओह कवितावां तो बिना वार्तक पावजो कवितावां नहीं हुंदियां सन उस बुक विच मौजूद ओह लैसनस भी ओह कवितावां दी तरह ही याद कर लैंदा सी इदां लगदा सी जिदां ओह कविता ही बोल रहा होवे माई मदर रिसेंटेड द फैक्ट मेरे मम्मी नू ए गल चंगी नहीं लगती सी दैट चंदू वन अ स्कॉलरशिप एट स्कूल कि चंदू ने स्कूल विचों वजीफा जित लिया सी पाव नू वजीफा मिलदा सी वाइल आई हैड टू पे फीस टू बी टॉट अते मैनू मेरे अध्यापकां तो पढ़ाई करन लई फीस देनी पैंदी सी एंड शी कॉन्सटेंटली डिसवेडेड मी अते ओह लगातार मैनू रोकदी सी मैनू मना करदी सी फ्रॉम प्लेइंग विद हिम ओहदे नाल खेडण तो सेइंग दैट ਇਹ ਕਹਿੰਦੇ ਹੋਏ ਚੰਦੂ ਵਾਜ ਲੋ ਕਾਸਟ ਬਾਰਬਰਸ ਸਨ ਕਿ ਚੰਦੂ ਇੱਕ ਨੀਵੀਂ ਜਾਤੀ ਵਾਲੇ ਨਾਈ ਦਾ ਲੜਕਾ ਹੈ ਐਂਡ ਦੈਟ ਆਈ ਓਟ ਟੂ ਕੀਪ ਅਪ ਦ ਸਟੇਟਸ ਆਫ ਮਾਈ ਕਾਸਟ ਐਂਡ ਕਲਾਸ ਅਤੇ ਮੈਨੂੰ ਆਪਣੀ ਉੱਚੀ ਜਾਤ ਸ਼੍ਰੇਣੀ ਦੇ ਦਰਜੇ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਭਾਵ ਉਹਨਾਂ ਨਾਲ ਨਹੀਂ ਮਿਲਣਾ ਚਾਹੀਦਾ ਬਟ ਵਟ ਐਵਰ ਇਨਨੇਟ ਆਈਡੀਆਜ਼ ਪਰ ਚਾਹੇ ਕੁਝ ਵੀ ਮੈਨੂੰ ਪੈਦਾਇਸ਼ੀ ਵਿਚਾਰ ਮਿਲੇ ਹੋਣ ਆਈ ਹੈਡ ਇਨਹੈਰੀਟਿਡ ਫਰੋਮ ਮਾਈ ਫੋਰ ਫਾਦਰਸ ਜਿਹੜੇ ਕਿ ਮੈਂ ਆਪਣੇ ਪੂਰਵਜਾਂ ਤੋਂ ਧਾਰਨ ਕੀਤੇ ਹੋਣ ਪ੍ਰਾਪਤ ਕੀਤੇ ਹੋਣ ਆਈ ਸਰਟਨਲੀ ਹੈਡਨਟ ਇਨਹੈਰੀਟਿਡ ਐਨੀ ਸੈਂਸ ਆਫ ਸੁਪੀਰੀਓਰਿਟੀ ਪਰ ਯਕੀਨਨ ਇਹ ਵਿਚਾਰ ਮੇਰੇ ਅੰਦਰ ਧਾਰਨ ਨਹੀਂ ਹੋ ਪਾਇਆ ਕਿ ਮੈਂ ਚੰਦੂ ਤੋਂ ਜ਼ਿਆਦਾ ਸੁਪੀਰੀਅਰ ਹਾਂ ਵਧੀਆ ਹਾਂ ਇਨਡੀਡ ਆਈ ਵਾਜ਼ ਆਲਵੇਜ਼ ਰੈਦਰ ਅਸ਼ੇਮਡ ਆਫ ਦ ਰੈੱਡ ਕਾਸਟ ਮਾਰਕ ਵਿੱਚ ਮਾਈ ਮਦਰ ਪੁੱਟ ਔਨ ਮਾਈ ਫੋਰਹੈਡ ਐਵਰੀ ਮਾਰਨਿੰਗ ਯਕੀਨਨ ਮੈਨੂੰ ਤਾਂ ਇਸ ਦੀ ਬਜਾਏ ਸ਼ਰਮ ਆਉਂਦੀ ਸੀ ਉਸ ਲਾਲ ਤਿਲਕ ਨੂੰ ਦੇਖ ਕੇ ਜੋ ਮੇਰੀ ਮਾਂ ਹਰ ਸਵੇਰ ਨੂੰ ਮੇਰੇ ਮੱਥੇ 'ਤੇ ਲਗਾਉਂਦੀ ਸੀ ਐਂਡ ਆਫ ਦ ਫੋਰਮਲਾਈਜ਼ਡ ਪੈਟਰਨ ਆਫ ਦ ਅਚਕਿਨ ਕਿ ਜਿਹੜਾ ਇੱਕ ਰਸਮੀ ਜਿਹਾ ਤਰੀਕਾ ਸੀ ਕੋਟ ਨੂੰ ਪਹਿਨਣ ਦਾ ਦ ਟਾਈਟ ਕੋਟਨ ਟਰਾਊਜ਼ਰਸ ਇੱਕ ਤੰਗ ਸੂਤੀ ਪਜਾਮਾ ਪਾਉਣ ਦਾ ਦ ਗੋਲਡ ਵਰਕਡ ਸ਼ੂਜ਼ ਕਿ ਉਹ ਜੁੱਤੇ ਜਿਸ 'ਤੇ ਸੁਨਹਿਰੀ ਧਾਗਿਆਂ ਦੇ ਨਾਲ ਕੰਮ ਕੀਤਾ ਗਿਆ ਹੋਵੇ ਐਂਡ ਦ ਸਿਲਕ ਟਰਬਨ ਅਤੇ ਸਿਲਕ ਦੀ ਪਗੜੀ ਇਨ ਵਿੱਚ ਆਈ ਡਰੈਸਡ ਜੋ ਕਿ ਮੈਂ ਪਹਿਨਦਾ ਸੀ ਐਂਡ ਆਈ ਲੌਂਗਡ ਫੋਰ ਦ ਰਾਈਟ ਅਤੇ ਮੇਰੀ ਤੀਬਰ ਇੱਛਾ ਹੁੰਦੀ ਸੀ ਕਿ ਮੈਨੂੰ ਵੀ ਹੱਕ ਮਿਲੇ ਟੂ ਵੀਅਰ ਆਲ ਦ ਸਪੈਕਟੈਕੂਲਰ ਕੋਂਗਲੋਮੇਰੇਸ਼ਨ ਸਪੈਕਟੈਕੂਲਰ ਸ਼ਾਨਦਾਰ ਕੋਂਗਲੋਮੇਰੇਸ਼ਨ ਹੁੰਦਾ ਮਿਕਸਚਰ ਕਿ ਅਲੱਗ ਅਲੱਗ ਰੋਜ਼ ਬਦਲ ਬਦਲ ਕੇ ਕੋਂਗਲੋਮੇਰੇਸ਼ਨ ਆਫ ਕਲੋਥਸ ਵਿੱਚ ਚੰਦੂ ਵੋਰ ਕਿ ਮੇਰੀ ਵੀ ਤੀਬਰ ਇੱਛਾ ਸੀ ਕਿ ਮੈਨੂੰ ਵੀ ਹੱਕ ਮਿਲੇ ਕਿ ਜਿਸ ਤਰ੍ਹਾਂ ਚੰਦੂ ਬਦਲ ਬਦਲ ਕੇ ਸ਼ਾਨਦਾਰ ਕੱਪੜੇ ਪਹਿਨਦਾ ਹੈ ਉਸੇ ਤਰ੍ਹਾਂ ਮੈਂ ਵੀ ਪਹਿਨ ਸਕਾਂ ਅ ਪੇਅਰ ਆਫ ਖਾਕੀ ਸ਼ੋਰਟਸ ਕਿ ਜਿਸ ਤਰ੍ਹਾਂ ਚੰਦੂ ਖਾਕੀ ਸ਼ੋਰਟਸ ਪਹਿਨਦਾ ਪਾਓ ਖਾਕੀ ਰੰਗ ਦੀ ਨਿੱਕਰ ਪਹਿਨਦਾ ਹੈ ਵਿੱਚ ਦਾ ਰਿਟਾਇਰਡ ਸੂਬੇਦਾਰ ਹੈਡ ਗਿਵਨ ਹਿਮ ਜਿਹੜੀ ਕਿ ਉਸ ਨੂੰ ਰਿਟਾਇਰਡ ਸੂਬੇਦਾਰ ਨੇ ਦਿੱਤੀ ਸੀ ਅਫਰੇਡ ਯਾਨੀ ਇੱਕ ਕਿਸੀ ਪਿੱਟੀ ਬਲੈਕ ਕਾਲੀ ਵੈਲਵਟ ਮਖਮਲੀ ਵੇਸਟ ਕੋਟ ਯਾਨੀ ਛੋਟਾ ਕੋਟ ਸੋ ਇੱਕ ਕਿਸਿਆ ਪਿੱਟਿਆ ਕਾਲਾ ਮਖਮਲੀ ਛੋਟਾ ਕੋਟ ਉਹ ਪਹਿਨਦਾ ਸੀ ਡੈਕੋਰੇਟਡ ਆਲ ਓਵਰ ਵਿਦ ਸ਼ੈਲ ਬਟਨਸ ਸ਼ੈਲ ਬਟਨਸ ਹੁੰਦੇ ਜਿਹੜੀਆਂ ਸਿੱਪੀਆਂ ਹੁੰਦੀਆਂ ਨਾ ਉਹਨਾਂ ਦੇ ਨਾਲ ਉਹ ਸਾਰੇ ਪਾਸੋਂ ਡੈਕੋਰੇਟ ਕੀਤਾ ਹੋਇਆ ਸੀ ਐਂਡ ਰਾਊਂਡ ਫੈਲਟ ਕੈਪ ਅਤੇ ਇੱਕ ਗੋਲ ਕੈਪ ਪਹਿਨਦਾ ਸੀ ਜੋ ਕਿ ਅੱਗੋਂ ਤਿੱਖੀ ਸੀ ਵਿਚ ਹੈਡ ਵਾਂਸ ਬਿਲੋਂਗਡ ਟੂ ਲਾਲਾ ਹੁਕਮ ਚੰਦ ਜਿਹੜੀ ਕਿ ਕਿਸੇ ਵੇਲੇ ਲਾਲਾ ਹੁਕਮ ਚੰਦ ਦੀ ਸੀ ਦ ਲਾਇਰ ਆਫ ਆਰ ਵਿਲੇਜ ਜੋ ਕਿ ਸਾਡੇ ਪਿੰਡ ਦਾ ਵਕੀਲ ਸੀ ਸੋ ਕਹਿਣ ਤੋਂ ਭਾਵ ਕਿ ਚੰਦੂ ਨੂੰ ਜੋ ਕੱਪੜੇ ਮਿਲਦੇ ਸਨ ਉਹ ਪਹਿਨ ਲੈਂਦਾ ਸੀ ਅਕਸਰ ਉਹ ਕੱਪੜੇ ਕਿਸੇ ਨਾ ਕਿਸੇ ਕੋਲ ਮੰਗੇ ਹੋਏ ਹੁੰਦੇ ਸੀ ਇਸ ਕਰਕੇ ਉਸਦੇ ਕੱਪੜੇ ਆਪਸ ਵਿੱਚ ਮੇਲ ਨਹੀਂ ਖਾਂਦੇ ਸੀ ਪਰ ਉਹ ਕੱਪੜੇ ਇੰਨੇ ਕੁ ਰੰਗਦਾਰ ਹੁੰਦੇ ਸੀ ਜਿਹੜੇ ਕਿ ਔਥਰ ਨੂੰ ਬੜੇ ਚੰਗੇ ਲੱਗਦੇ ਸੀ ਜੋ ਕਿ ਬਹੁਤ ਡਿਸਿਪਲਿਨਡ ਵੇ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਕੱਪੜੇ ਪਹਿਨਦਾ ਸੀ ਪਰ ਉਸਦੀ ਇੱਛਾ ਸੀ ਕਿ ਉਹ ਵੀ ਚੰਦੂ ਵਰਗੇ ਕੱਪੜੇ ਪਹਿਨ ਸਕੇ ਐਂਡ ਆਈ ਐਨਵਿਡ ਚੰਦੂ ਅਤੇ ਮੈਨੂੰ ਚੰਦੂ ਤੋਂ ਇੱਕ ਹੋਰ ਗੱਲ 'ਤੇ ਵੀ ਈਰਖਾ ਹੁੰਦੀ ਸੀ ਦ ਫਰੀਡਮ ਆਫ ਮੂਵਮੈਂਟ ਵਿੱਚ ਹੀ ਇੰਜੋਇਡ ਕਿ ਜਿਹੜੀ ਉਹ ਇੱਧਰ ਉੱਧਰ ਫਿਰਨ ਦੀ ਆਜ਼ਾਦੀ ਨੂੰ ਮਾਣਦਾ ਸੀ ਆਫਟਰ ਹਿਜ਼ ਫਾਦਰ ਡਾਈਡ ਆਫ ਪਲੇਗ ਜਿਹੜੀ ਕਿ ਉਸਦੇ ਪਿਤਾ ਜੀ ਦੀ ਪਲੇਗ ਦੇ ਕਾਰਨ ਹੋਈ ਮੌਤ ਤੋਂ ਬਾਅਦ ਹੋਰ ਵੱਧ ਗਈ ਸੀ ਫੋਰ ਦੈਨ ਹੀ ਵੁੱਡ ਡੂ ਦ ਰਾਊਂਡ ਆਫ ਸ਼ੇਵਿੰਗ ਤਾਂ ਫਿਰ ਉਸ ਤੋਂ ਬਾਅਦ ਪਿੰਡ ਦੇ ਵਿੱਚ ਇੱਕ ਰਾਊਂਡ ਲਗਾਉਂਦਾ ਅਤੇ ਲੋਕਾਂ ਦੀ ਸ਼ੇਵਿੰਗ ਕਰਦਾ ਐਂਡ ਹੇਅਰ ਕਟਿੰਗ ਐਟ ਦ ਹਾਊਸਿਸ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਹੀ ਵਾਲ ਕੱਟਦਾ ਆਫ ਦਾ ਹਾਈ ਕਾਸਟ ਨੋਟੇਬਲਸ ਜਿਹੜੇ ਕਿ ਉੱਚੀ ਜਾਤ ਦੇ ਮੰਨੇ ਪਰਮੰਨੇ ਲੋਕ ਸਨ ਇਨ ਦ ਮੋਰਨਿੰਗ ਸਵੇਰ ਨੂੰ
ਬੇਦ ਐਂਡ ਡਰੈਸ ਅਤੇ ਫਿਰ ਉਹ ਘਰ ਜਾ ਕੇ ਨਹਾਉਂਦਾ ਅਤੇ ਕੱਪੜੇ ਬਦਲਦਾ ਐਂਡ ਦੈਨ ਸਟੀਲ ਅ ਰਾਈਡ ਟੂ ਟਾਊਨ ਅਤੇ ਫਿਰ ਉਹ ਸ਼ਹਿਰ ਜਾਣ ਲਈ ਕਿਸੇ ਕੋਲੋਂ ਲਿਫਟ ਲੈਂਦਾ ਸਟੀਲ ਅ ਰਾਈਡ ਮੀਨਸ ਲਿਫਟ ਲੈਣੀ 6 ਮਾਈਲਸ ਅਵੇ ਜੋ ਕਿ ਉਸਦੇ ਘਰ ਤੋਂ 6 ਮੀਲ ਦੀ ਦੂਰੀ ਤੇ ਸੀ ਔਨ ਦਾ ਫੁੱਟ ਰੈਸਟ ਆਫ ਦਾ ਕਲੋਜ਼ਡ ਕੈਰੀਏਜ ਇਨ ਵਿੱਚ ਲਾਲਾ ਹੁਕਮ ਚੰਦ ਟਰੈਵਲਡ ਟੂ ਟਾਊਨ ਕਿ ਉਹ ਇੱਕ ਘੋੜਾ ਗਾੜੀ ਜੋ ਇੱਕ ਬੱਗੀ ਦੀ ਤਰ੍ਹਾਂ ਬੰਦ ਸੀ ਅਤੇ ਜੋ ਲਾਲਾ ਹੁਕਮ ਚੰਦ ਦੀ ਸੀ ਉਸਦੇ ਫੁੱਟ ਰੈਸਟ ਤੇ ਖੜੇ ਹੋ ਕੇ ਉਹ ਲਾਲਾ ਹੁਕਮ ਚੰਦ ਦੇ ਨਾਲ ਹੀ ਸ਼ਹਿਰ ਜਾਂਦਾ ਬਟ ਚੰਦੂ ਵਾਜ਼ ਕਾਈਂਡ ਟੂ ਮੀ ਪਰ ਚੰਦੂ ਮੇਰੇ ਲਈ ਬੜਾ ਦਿਆਲੂ ਸੀ ਹੀ ਨਿਊ ਦੈਟ ਆਈ ਵਾਜ਼ ਸੈਲਡਮ ਟੇਕਨ ਟੂ ਟਾਊਨ ਉਸਨੂੰ ਪਤਾ ਸੀ ਕਿ ਮੈਂ ਮੁਸ਼ਕਲ ਦੇ ਨਾਲ ਹੀ ਸ਼ਹਿਰ ਪਹੁੰਚਦਾ ਸੀ ਐਂਡ ਦੈਟ ਆਈ ਹੈਡ ਟੂ ਟਰਜ ਅਤੇ ਉਸ ਲਈ ਮੈਨੂੰ ਸਫ਼ਰ ਤੈਅ ਕਰਨਾ ਪੈਂਦਾ ਸੀ ਪੈਦਲ ਜਾਣਾ ਪੈਂਦਾ ਸੀ 3 ਵੀਅਰੀ ਮਾਈਲਸ 3 ਥਕਾ ਦੇਣ ਵਾਲੇ ਮੀਲ ਦਾ ਸਫ਼ਰ ਟੂ ਅ ਸੈਕੰਡਰੀ ਸਕੂਲ ਆਪਣੇ ਸੈਕੰਡਰੀ ਸਕੂਲ ਜਾਣ ਲਈ ਇਨ ਦਾ ਵਿਲੇਜ ਆਫ ਜੁਡਿਆਲਾ ਜੋ ਕਿ ਜੁਡਿਆਲਾ ਪਿੰਡ ਵਿੱਚ ਸੀ ਵਿਦ ਦਾ ਫੀਅਰ ਆਫ ਗੋਡ ਇਨ ਮਾਈ ਹਾਰਟ ਪਰਮਾਤਮਾ ਦਾ ਡਰ ਆਪਣੇ ਦਿਲ ਵਿੱਚ ਰੱਖ ਕੇ ਉਹ ਡਰ ਕਿਹਦੇ ਤੋਂ ਸੀ ਵਾਇਲ ਹੀ ਹੈਡ ਬੀਨ ਕੰਪਲੀਟਲੀ ਐਬਜ਼ੋਲਵਡ ਜਦੋਂ ਕਿ ਚੰਦੂ ਪੂਰੀ ਤਰ੍ਹਾਂ ਮੁਕਤ ਹੋ ਗਿਆ ਸੀ ਇਸ ਚੀਜ਼ ਤੋਂ ਫ੍ਰੀ ਹੋ ਗਿਆ ਸੀ ਫਰੋਮ ਦਾ ਓਰਡਿਲ ਓਰਡਿਲ ਹੁੰਦਾ ਹੈ ਤਣਾਅ ਭਰੇ ਕੰਮ ਤੋਂ ਆਫ ਬੀਇੰਗ ਫਲੋਗਡ ਫਲੋਗਡ ਹੁੰਦਾ ਹੈ ਮਾਰ ਪੈਣੀ ਬੈਂਥ ਪੈਣੇ ਸੋਟੀਆਂ ਪੈਣੀਆਂ ਠੀਕ ਬਾਏ ਕਰੂਅਲ ਮਾਸਟਰਸ ਕਿ ਜਿਹੜੇ ਸਕੂਲ ਦੇ ਨਿਰਦਈ ਮਾਸਟਰਸ ਜਿਨ੍ਹਾਂ ਵੱਲੋਂ ਲੇਖਕ ਨੂੰ ਸੋਟੀਆਂ ਪੈਂਦੀਆਂ ਹੁੰਦੀਆਂ ਸੀ ਸੋ ਉਹਨਾਂ ਸੋਟੀਆਂ ਦੇ ਡਰ ਤੋਂ ਉਹ ਪਰਮਾਤਮਾ ਦੇ ਡਰ ਨੂੰ ਆਪਣੇ ਦਿਲ ਵਿੱਚ ਰੱਖ ਜਾਂਦਾ ਕਿ ਹੇ ਰੱਬਾ ਮੈਨੂੰ ਬਚਾ ਲਈ ਅੱਜ ਭਾਵ ਉਹਨਾਂ ਮਾਸਟਰ ਦੀਆਂ ਸੋਟੀਆਂ ਦੇ ਡਰ ਕਰਕੇ ਉਹ ਪਰਮਾਤਮਾ ਦਾ ਡਰ ਆਪਣੇ ਦਿਲ ਵਿੱਚ ਰੱਖਦਾ ਅਤੇ ਪਰਮਾਤਮਾ ਨੂੰ ਅਰਦਾਸ ਕਰਦਾ ਜਾਂਦਾ ਸੀ ਕਿ ਅੱਜ ਮੈਨੂੰ ਸੋਟੀਆਂ ਨਾ ਪੈਣ ਰੱਬਾ ਅੱਜ ਬਚਾ ਲਈ ਐਜ਼ ਹੀ ਹੈਡ ਲੈਫਟ ਸਕੂਲ ਆਫਟਰ ਹਿਸ ਫਾਦਰਸ ਡੈਥ ਅਤੇ ਚੰਦੂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਚੁੱਕਿਆ ਸੀ ਕਿਉਂਕਿ ਉਸਨੇ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ ਸੋ ਹੀ ਆਲਵੇਜ਼ ਬਰੋਟ ਮੀ ਸਮ ਗਿਫਟ ਔਰ ਅਦਰ ਫਰੋਮ ਦਾ ਟਾਊਨ ਇਸ ਕਰਕੇ ਉਹ ਹਮੇਸ਼ਾ ਸ਼ਹਿਰ ਤੋਂ ਮੇਰੇ ਲਈ ਕੋਈ ਨਾ ਕੋਈ ਗਿਫਟ ਜਾਂ ਕੋਈ ਹੋਰ ਚੀਜ਼ ਮੇਰੇ ਲਈ ਲੈ ਆਉਂਦਾ ਜਿੱਦਾਂ ਅ ਪੇਂਟ ਬਰੱਸ਼ ਇੱਕ ਪੇਂਟ ਕਰਨ ਵਾਲਾ ਬਰੱਸ਼ ਔਰ ਗੋਲਡ ਇੰਕ ਇੱਕ ਸੁਨਹਿਰੀ ਰੰਗ ਦੀ ਸਿਆਹੀ ਔਰ ਵਾਈਟ ਚੌਕ ਚਿੱਟੇ ਚੌਕ ਲੈ ਆਉਂਦਾ ਔਰ ਅ ਡਬਲ ਐਜਡ ਪੈਨ ਨਾਈਫ ਅਤੇ ਇੱਕ ਛੋਟਾ ਦੋ ਧਾਰੀ ਚਾਕੂ ਲੈ ਆਉਂਦਾ ਟੂ ਸ਼ਾਰਪਨ ਪੈਨਸਿਲਸ ਵਿਦ ਜਿਹਦੇ ਨਾਲ ਕਿ ਪੈਨਸਿਲਸ ਕੜੀਆਂ ਜਾਂਦੀਆਂ ਐਂਡ ਹੀ ਵੁੱਡ ਐਂਟਰਟੇਨ ਮੀ ਅਤੇ ਉਹ ਮੇਰਾ ਮਨੋਰੰਜਨ ਵੀ ਕਰਦਾ ਵਿਦ ਲੌਂਗ ਮੈਰੀ ਡਿਸਕ੍ਰਿਪਸ਼ਨਸ ਆਫ ਦਾ ਵਰਾਇਟੀ ਆਫ ਥਿੰਗਸ ਹੀ ਸੌ ਇਨ ਦਾ ਬਾਜ਼ਾਰਸ ਆਫ ਸਿਵਿਲਾਈਜੇਸ਼ਨ ਅਤੇ ਉਹ ਮੌਜੂਦਾ ਸੱਭਿਅਤਾ ਦੀਆਂ ਚੀਜ਼ਾਂ ਜੋ ਕਿ ਬਾਜ਼ਾਰ ਵਿੱਚ ਉਹ ਦੇਖ ਕੇ ਆਉਂਦਾ ਉਹਨਾਂ ਦਾ ਬਹੁਤ ਹੀ ਤਵੀਲ ਭਾਵ ਲੰਬਾ ਵਿਵਰਣ ਮੈਨੂੰ ਦਿੰਦਾ ਅਤੇ ਉਹ ਬਹੁਤ ਖੁਸ਼ੀਆਂ ਭਰਿਆ ਹੁੰਦਾ ਸੀ ਮੈਂ ਬਹੁਤ ਉਸਨੂੰ ਇੰਜੋਏ ਕਰਦਾ ਸੀ ਹੀ ਵਾਜ਼ ਪਰਟੀਕੁਲਰਲੀ ਉਹ ਖਾਸ ਤੌਰ 'ਤੇ ਡਿਟੇਲਡ ਬਹੁਤ ਡਿਟੇਲ ਵਿੱਚ ਚਲਾ ਜਾਂਦਾ ਇਨ ਹਿਜ਼ ਡਿਸਕ੍ਰਿਪਸ਼ਨ ਆਪਣੇ ਵਿਵਰਣ ਦੇਣ ਵਿੱਚ ਆਫ ਦਾ ਵੰਡਰਫੁੱਲ ਇੰਗਲਿਸ਼ ਸਟਾਈਲਸ ਇਨ ਕਲੋਸ ਕਿ ਕੱਪੜਿਆਂ ਦੇ ਅਦਭੁਤ ਇੰਗਲਿਸ਼ ਸਟਾਈਲਸ ਦਾ ਵਿਵਰਣ ਕਰਨ ਵੇਲੇ ਉਹ ਖਾਸ ਤੌਰ 'ਤੇ ਬਹੁਤ ਜ਼ਿਆਦਾ ਡਿਟੇਲ ਵਿੱਚ ਚਲਾ ਜਾਂਦਾ ਵਿੱਚ ਹੀ ਸੋ ਦਾ ਸਾਹਿਬਜ਼ ਐਂਡ ਦਾ ਲੋਇਰਸ ਜਿਹੜੇ ਕਿ ਉਹ ਦੇਖਦਾ ਸੀ ਕਿ ਵੱਡੇ ਸਾਹਿਬ ਨੇ ਪਾਏ ਹੋਏ ਨੇ ਵਕੀਲਾਂ ਨੇ ਪਾਏ ਹੋਏ ਨੇ ਦਾ ਚਪੜਾਸੀਸ ਪੀਅਨਸ ਨੇ ਪਾਏ ਹੋਏ ਨੇ ਐਂਡ ਦਾ ਪੁਲਿਸਮੈਨ ਅਤੇ ਪੁਲਿਸ ਵਾਲਿਆਂ ਨੇ ਪਾਏ ਹੋਏ ਨੇ ਵੇਅਰਿੰਗ ਐਟ ਦਾ ਡਿਸਟ੍ਰਿਕਟ ਕੋਰਟ ਜ਼ਿਲ੍ਹਾ ਕਚਹਿਰੀ ਵਿੱਚ ਇਹ ਸਾਰੇ ਬੰਦੇ ਜੋ ਅਲੱਗ ਅਲੱਗ ਯੂਨੀਫਾਰਮ ਪਾ ਕੇ ਫਿਰਦੇ ਉਹਨਾਂ ਦਾ ਡਿਸਕ੍ਰਿਪਸ਼ਨ ਉਹ ਬੜੀ ਡਿਟੇਲ ਦੇ ਨਾਲ ਦਿੰਦਾ ਵੇਅਰ ਹੀ ਹੈਡ ਟੂ ਵੇਟ ਫੋਰ ਦਾ ਜਰਨੀ ਹੋਮ ਫਿਟਨ ਹੁੰਦਾ ਚਾਰ ਪਹੀਆ ਖੁੱਲ੍ਹੀ ਗੱਡੀ ਜਿੱਥੇ ਉਹ ਲਾਲਾ ਹੁਕਮ ਚੰਦ ਦੀ ਚਾਰ ਪਹੀਆ ਗੱਡੀ ਦੇ ਪਿੱਛੇ ਖੜ੍ਹੇ ਹੋ ਕੇ ਆਪਣੇ ਘਰ ਜਾਣ ਲਈ ਵੇਟ ਕਰਦਾ ਸੀ ਉੱਥੇ ਉਹ ਸਾਰਿਆਂ ਨੂੰ ਦੇਖਦਾ ਸੀ ਕਿ ਕਿੰਨੇ ਕਿਹੜੀ ਕਿਹੜੀ ਯੂਨੀਫਾਰਮ ਪਾਈ ਹੋਈ ਹੈ ਐਂਡ ਵਾਂਸ ਔਰ ਟਵਾਈਸ ਅਤੇ ਇੱਕ ਜਾਂ ਦੋ ਵਾਰੀ ਹੀ ਐਕਸਪ੍ਰੈਸਡ ਟੂ ਮੀ ਅ ਸੀਕ੍ਰੈਟ ਵਿਸ਼ ਉਸਨੇ ਮੈਨੂੰ ਆਪਣੀ ਜੋ ਉਸਦੀ ਗੁਪਤ ਇੱਛਾ ਸੀ ਉਹ ਵੀ ਉਸਨੇ ਮੇਰੇ ਨਾਲ ਐਕਸਪ੍ਰੈਸ ਕੀਤੀ ਮੈਨੂੰ ਦੱਸੀ ਹੀ ਹੈਡ ਟੂ ਸਟੀਲ ਸਮ ਮਨੀ ਜਿਹਦੇ ਵਿੱਚ ਉਸਨੇ ਦੱਸਿਆ ਕਿ ਉਸ ਨੂੰ ਮਨੀ ਚੁਰਾਣੀ ਪਈ ਯਾਨੀ ਉਸਨੇ ਮਨੀ ਚੁਰਾਈ ਫਰੋਮ ਦਾ ਪਿਕਚਰ ਉਸ ਘੜੇ ਵਿੱਚੋਂ ਉਸ ਗੁਲਕ ਵਿੱਚੋਂ ਵੇਅਰ ਹਿਜ਼ ਮਦਰ ਕੈਪਟ ਦਾ ਇਮੋਲੂਮੈਂਟਸ ਆਫ ਹਿਜ਼ ਪ੍ਰੋਫੈਸ਼ਨਲ ਸਕਿੱਲ ਕਿ ਜਿਹਦੇ ਵਿੱਚ ਉਸਦੀ ਮਾਂ ਉਸਦਾ ਜੋ ਪ੍ਰੋਫੈਸ਼ਨ ਸੀ ਉਸਦਾ ਜੋ ਵਿਵਸਾਇ ਸੀ ਉਸਦਾ ਜੋ ਕੰਮ ਸੀ ਭਾਵ ਵਾਲ ਕੱਟਣ ਵਾਲਾ ਉਸ 'ਚੋਂ ਜੋ ਆਮਦਨ ਹੁੰਦੀ ਸੀ ਉਹ ਆਮਦਨ ਉਹ ਆਪਣੀ ਮੰਮੀ ਨੂੰ ਦੇ ਦਿੰਦਾ ਸੀ ਅਤੇ ਉਹਦੇ ਮੰਮੀ ਉਹ ਵਾਲੀ ਆਮਦਨ ਇਮੋਲੂਮੈਂਟਸ ਉਸ ਗੁਲਕ 'ਚ ਰੱਖ ਦਿੰਦੇ ਸੀ ਸੋ ਉਹਨੇ ਦੱਸਿਆ ਕਿ ਉਹਨੇ ਇੱਕ ਵਾਰ ਉਸ ਗੁਲਕ ਦੇ ਵਿੱਚੋਂ ਪੈਸੇ ਕੱਢ ਲਏ ਚੁਰਾ ਲਏ ਟੂ ਬਾਏ ਹਿਮਸੈਲਫ ਰਿਗ ਆਊਟ ਆਪਣੇ ਆਪ ਨੂੰ ਇੱਕ ਡਰੈਸ ਖਰੀਦਣ ਲਈ ਲਾਈਕ ਦੈਟ ਆਫ ਕਾਲਨ ਖਾਨ ਦਾ ਡੈਂਟਿਸਟ ਕਿ ਜਿੱਦਾਂ ਦੀ ਉਹ ਦੰਦਾਂ ਦਾ ਡਾਕਟਰ ਜਿਹਦਾ ਨਾਂ ਕਾਲਨ ਖਾਨ ਸੀ ਉਹ ਪਹਿਨਦਾ ਸੀ ਉਹੋ ਜਿਹੀ ਡਰੈਸ ਚੰਦੂ ਵੀ ਲੈਣਾ ਚਾਹੁੰਦਾ ਸੀ ਇਸ ਕਰਕੇ ਉਸਨੇ ਉਹ ਪੈਸੇ
चुरा ले ते ओ ड्रेस खरीद ले। Who he said कि ओ डेंटिस्ट जिदे बारे चंदू कहंदा है performed miracles in the town कि ओहो उस शहर दे विच जादू करदा सी। केड़ा जादू करदा सी? Fitting people with rows of teeth कि ओ लोकां दे दंदां दीआं दोनों रोज दोनों कतारां लगांदा सी भाव नकली दंद लगांदा सी। And even new eyes अते एही नहीं ओहो नवीआं अखां वी लगांदा सी पावो लेंस वगैरह भी अखां नूं लगांदा सी। He described to me the appearance of Kalan Khan चंदू ने मैनूं एक वारी कालन खान दी दिख अपीयरेंस उसदा भी वर्णन किया। अ यंग मैन ओ दसदा सी कि कालन खान एक नौजवान आदमी है विद हेयर पार्टर्ड ऑन वन साइड जिसते के सिर दे एक पासे चीर है पाव ओदे वाल उस चीर करके पार्टर्ड हन वंडे हुए हन। एंड ड्रेस्ड इन अ स्टार्च्ड शर्ट अते जो कड़क अकड़ी हुई पाव प्रेस कीती हुई शर्ट पहनदा है विद एन आइवरी कॉलर जिसका के चिट्टा कॉलर है एंड बो टाई अते उस उत्ते एक बो टाई भी लगी हुंदी है अ ब्लैक कोट काला कोट ऊपर पहनता है एंड स्ट्राइप्ड ट्राउजर्स अते तारियां वाली पेंट ओह पहनता है एंड वंडरफुल रबर ओवरकोट एंड पम्प्स अते ओ एक बहुत वधिया रबर वर्गे मटीरियल दा ओवरकोट अते शूज पहनता है। एंड ही रिकाउंटेड टू मी अते ओ मैनू याद करके दसदा है द स्किल विद विच दिस मजीशियन unpacked an angrezi leather ke kis tarah magician pavo jadugar dr kalan khan ke kis tarah oh apna angrezi style wala leather bag jis vich usde instrument hunde han oh unpack karda hai usnu kholda hai and flourished his shining steel instruments te kis tarah us bag de vichon apne chamakde hoye steel de instruments lehranda hai kadda hai bade shaan de naal usnu bahar saryan de samne leke aanda hai। Then he asked my advice on the question फिर ओहो किसे प्रश्न उते मेरी सलाह मंगता है of whether as a barber educated to 5th primary class कि चाहे ओ एक नाई है ते सिर्फ प्राइमरी क्लास पंजवी तक ही ओ पढ़िया होया है he would not look more dignified कि ओ प्रतिष्ठित नहीं लगदा कि ओ जरा सम्मानित व्यक्ति नहीं लगेगा if he too जे ओ वी wore a dress in the style of Dr. Kalan Khan कि जे ओ वी Dr. Kalan Khan दे स्टाइल दी ड्रेस पहन लवे for though I am not a highly educated doctor ए गल ठीक है कि पावे मैं उस वर्गा highly educated doctor नहीं हाँ he said उसने क्या I learned how to treat pimples पर कहंदा मैं जानदा हां कि pimples दा इलाज किद्दां करना है boils जे लोकां दे कोई फोड़े फिंसियां हो जान उसदा मैनूं इलाज आंदा है and cuts जे उहनां दे कोई जख्म हो जान on people's body लोकां दे शरीर उत्ते ये सारा कुछ मैं इलाज करना सिख्या होया है from my father अपने पिताजी कोल who learned from his father before him ते जिन्हां ने उस तों पहलां अपने पिताजी कोल सिख्या सी I agreed with his project ता मैं उस इस प्रोजेक्ट दे नाल अग्रीड हो जांदा ओ प्रोजेक्ट की सी कि डॉक्टर कालन खान वर्गी ड्रेस पहननी ते ओ ना वर्गे लगना एंड एनकरेज्ड हिम अते मैं उसका हौसला वधांदा विद द एंथुसियाज्म पूरे उत्साह दे नाल आई फेल्ट मैं सोचता फॉर एवरीथिंग ओदी हर चीज ले दैट माई हीरो थॉट और डिड कि जो भी मेरा ओ हीरो सोचदा सी या करदा सी मैं उसकी हर सोच अते हर काम बारे उसका हौसला वधांदा पूरे उत्साह दे नाल। वन डे आई वॉज thrilled to find Chandu at the door of my house in the morning ek din main bada utshahit ho gaya main bahut josh vich aa gaya Chandu nu apne ghar de darwaje te ek sveer nu dekh ke he was dressed up in a white turban oho chitti pagdi paaye hoye si a white rubber coat te ek white rubber da coat vi si a little too big for him oh thoda ja us layi vadda si but nevertheless very splendid par chahe kujh vi hove oh bahut shandar see a pair of pumps ਜੁੱਤੀਆਂ ਦਾ ਜੋੜਾ ਵੀ ਸੀ ਇਨ ਵਿੱਚ ਆਈ ਕੁਡ ਸੀ ਮਾਈ ਫੇਸ ਰਿਫਲੈਕਟਿਡ ਇਨ ਕਲੀਅਰ ਸਿਲੂਐਟ ਕਿ ਉਸਦੇ ਸ਼ੂਜ਼ ਇੰਨੇ ਚਮਕਦਾਰ ਸੀ ਜਿਹਦੇ ਵਿੱਚ ਮੈਂ ਆਪਣੇ ਚਿਹਰੇ ਨੂੰ ਬਹੁਤ ਹੀ ਸਾਫ਼ ਸਾਫ਼ ਆਕਾਰ ਵਿੱਚ ਸਿਲੂਐਟ ਆਕਾਰ ਵਿੱਚ ਦੇਖ ਸਕਦਾ ਸੀ ਐਂਡ ਹੀ ਹੈਡ ਅ ਲੈਦਰ ਬੈਗ ਇਨ ਹਿਸ ਹੈਂਡ ਅਤੇ ਉਸਦੇ ਹੱਥ ਵਿੱਚ ਇੱਕ ਲੈਦਰ ਬੈਗ ਚਮੜੇ ਦਾ ਬੈਗ ਵੀ ਫੜਿਆ ਹੋਇਆ ਸੀ ਹੀ ਵਾਸ ਸੈਟਿੰਗ ਆਫ ਔਨ ਹਿਸ ਰਾਊਂਡ ਉਹ ਆਪਣੇ ਕੰਮ ਲਈ ਚੱਕਰ ਲਗਾਉਣ ਲਈ ਨਿਕਲਿਆ ਸੀ ਐਂਡ ਹੈਡ ਕਮ ਟੂ ਸ਼ੋ ਮੀ ਹਾਊ ਗ੍ਰੈਂਡ ਹੀ ਲੁਕਡ ਇਨ ਹਿਸ ਨਿਊ ਰਿਗ ਆਊਟ ਅਤੇ ਉਹ ਉਸ ਦੌਰਾਨ ਮੇਰੇ ਕੋਲ ਆਇਆ ਸੀ ਇਹ ਦਿਖਾਉਣ ਲਈ ਕਿ ਉਹ ਕਿੰਨਾ ਸ਼ਾਨਦਾਰ ਲੱਗ ਰਿਹਾ ਹੈ ਆਪਣੀ ਨਵੀਂ ਡਰੈਸ ਵਿੱਚ ਕਿ ਜਿੱਦਾਂ ਕਿ ਪਹਿਲਾਂ ਦੱਸਿਆ ਗਿਆ
कि डॉक्टर कालन खां वर्गे कपड़े पहनने की उसकी काफी इच्छा सी, उस उसने पैसे भी चुरा ले सन। उन्होंने पैसों के नाल ही उसने वो ड्रैस खरीदी, क्योंकि वह पहला तो फटे पुराने कपड़े या किसी के मंगे हुए कपड़े पहनता सी। सो उन्हें वह पैसों के नाल ड्रैस खरीदी और वह ड्रैस मैनू दिखाने लिए आ गया। Marvelous, I said. Marvelous, शानदार, मैं क्या शानदार। And he rushed off towards the house of the landlord. ते मेरे को अपनी तारीफ सुनदिया ही ओह जिम्मेदार दे घर वाल भजया गया। Whom he shaved every morning, जिस दी की ओह शेव हर मॉर्निंग करदा सी। Myself following admiringly behind, ते मैं भी उसकी प्रशंसा करते हुए उसके पिछे पिछे चल पिया। There were not many people in the street at this time. इस वक्त गली विच काफी ज्यादा लोग नहीं सन। सो आई अलोन विटनेस्ड द ग्लोरी ऑफ चंदू। सो इस करके मैं कल्ला ही सी जो कि उस वेले चंदू दी शानो शोकर, चंदू दी महिमा वड्याई दी हामी भर रहा सी, भाव गवाही भर रहा सी। ड्रेस्ड अप एज अ डॉक्टर, जो कि डॉक्टर दी ड्रेस दे विच सी। एक्सेप्ट ऑफ कोर्स, इस तो बिना यकीनन दैट ही हिमसेल्फ सीम्ड रैदर सेल्फ कॉन्शियस एज ही स्टटर्ड अप द स्ट्रीट, कि यह सच है कि वह खुद भी थोड़ा सेल्फ कॉन्शियस ही भाव नर्वस सी। एज ही स्टटर्ड अप द स्ट्रीट, कि जिदा उस स्ट्रीट दे विच बड़ी मुश्किल दे नाल चलिया। केयरफुली अवॉयडिंग द टेंट ऑफ काउडंग केक्स, वो बड़े ध्यान दे नाल पशुआं दे गोहे दे दाग तो अपना बचा करदा होया। विच फ्लोड थ्रू ड्रेन्स, जो कि नालियां दे विचों बह रहा सी। बट एज वी एंटर्ड द होम ऑफ द लैंडलॉर्ड, जिदा ही असी उस जिमीदार दे घर दाखल होए, वी मैट देवी, असी देवी नूं मिले। द लैंडलॉर्ड्स लिटल सन, जो कि उस जिमीदार दा छोटा बेटा सी। हू क्लैप्ड हिज हैंड्स विद जॉय, जिसने खुशी दे नाल अपने हत्थां नाल ताड़ी मारी। एंड शाउटेड टू अनाउंस, अते घोषणा करन लई सारियां नूं दसन लई ओह चीकिया द कमिंग ऑफ चंदू, चंदू दे आउण बारे दस के। द बारबर, एक नाई, इन अ ब्यूटीफुल हीरोइक ड्रेस लाइक दैट ऑफ द पादरी साहेब ऑफ द मिशन स्कूल, के चंदू नाई जो कि उस दिन एक बहुत ही सोहनी नायकां वर्गी ड्रेस दे विच सी, ते उस दिन ओह किसी मिशन स्कूल का पादरी साहब लग रहा सी।